ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਗੁਰਮੀਤ ਕੌਰ ਜਵੰਦਾ ਬੁਟੀਕ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਲਓ ਜੀ ਤੁਹਾਡੀ ਬਹੁਤ ਜ਼ਿਆਦਾ ਡਿਮਾਂਡ ਸੀ ਪਸ਼ਮੀਨੇ ਦੇ ਸੂਟਾਂ ਦੀ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸਪੈਸ਼ਲ ਵਿంటర్ ਸੀਜ਼ਨ ਦੇ ਲਈ ਗਰਮ ਸੂਟ ਤੇ ਹੱਥ ਬਨ ਕੇ ਬੇਨਤੀ ਹੈ ਕਿ ਤੱਕ ਕਾਲ ਨਹੀਂ ਕਰਨੀ ਸਿਰਫ ਮੈਸੇਜ ਕਰਨਾ ਜੀ ਤੇ ਇੱਕ ਥੋੜਾ ਜਿਹਾ ਜਾਨਾ ਜਲਦੀ ਆਰਡਰ ਕਰ ਦਿਆ ਕਰੋ ਜੀ ਹਨਾ ਪਹਿਲਾਂ ਕਾਫੀ ਭੈਣ ਭਾਈ ਗੁੱਸੇ ਹੋ ਕੇ ਚਲੇ ਗਏ ਨੇ ਹਨਾ ਵੀ ਦੋ ਤਿੰਨ ਜਿਹੜੇ ਕੁਸ ਐਸੇ ਪ੍ਰਿੰਟ ਹੁੰਦੇ ਨੇ ਜੋ ਬਿਲਕੁਲ ਨਹੀਂ ਖੜਦੇ ਹਨਾ ਦੋ ਦਿਨਾਂ ਦੇ ਅੰਦਰ ਅੰਦਰ ਨੇ ਜਿਹੜੇ ਪ੍ਰਿੰਟ ਖਤਮ ਹੋ ਜਾਂਦੇ ਨੇ ਜਿਸ ਤਰ੍ਹਾਂ ਆਪਾਂ ਪਸ਼ਮੀਨੇ ਦੇ ਜਿਹੜੇ ਸੂਟ ਦਿਖਾਏ ਸੀ ਵੀ ਸਾਡੇ ਕੋਲ ਰੈਡੀ ਨਹੀਂ ਉਹ ਸਾਡੇ ਕੋਲ ਇੱਕ ਵੀ ਸੂਟ ਨਹੀਂ ਉਹ ਸਾਰੇ ਖਤਮ ਹੋ ਗਏ ਨੇ ਹਨਾ ਇਸ ਕਰਕੇ ਥੋੜਾ ਜਿਹਾ ਆਰਡਰ ਜਲਦੀ ਕਰ ਦਿਆ ਕਰੋ ਤੇ ਅਗਲੀ ਗੱਲ ਇਹ ਹੈ ਕੁਸ ਭੈਣਾ ਕਹਿੰਦੀ ਹੈ ਨੇ ਜੀ ਸਾਡੇ ਇਹ ਸੂਟ ਰੱਖ ਦਿਓ ਮੈਂ ਪੇਮੈਂਟ ਦੋ ਦਿਨਾਂ ਨੂੰ ਕਰੂੰ ਜਾਂ ਹਫਤੇ ਨੂੰ ਪਲੀਜ਼ ਭੈਣ ਕਹੇ ਜੇ ਤੁਹਾਡੀ ਪੇਮੈਂਟ ਆਊਗੀ ਤੇ ਫੇਰ ਹੀ ਤੁਹਾਡਾ ਸੂਟ ਰੱਖਿਆ ਜਾਊਗਾ ਹਨਾ ਪਹਿਲਾਂ ਅਸੀਂ ਰੱਖ ਦਿੰਦੇ ਹੁੰਦੇ ਸੀ ਫਿਰ ਕਸਟਮਰ ਕੀ ਕਰਦੇ ਸੂਟ ਰਖਾ ਕੇ ਨਹੀਂ ਚੱਕਦੇ ਜੇ ਫਿਰ ਆਪਾਂ ਜਿਹੜੇ ਕਸਟਮਰ ਨਾਲ ਸਾਨੂੰ ਲੈਣਾ ਚਾਹੁੰਦਾ ਹੁੰਦਾ ਹੈ ਉਹਨਾਂ ਨੂੰ ਅਸੀਂ ਕਹਿ ਦਿੰਦੇ ਆ ਵੀ ਸਾਡੇ ਕੋਲੇ ਸੂਟ ਨਹੀਂ ਜਿਹੜੇ ਸੋਲਡ ਆਊਟ ਨੇ ਸਾਡੇ ਕੋਲੇ ਹੋਰ ਸੂਟ ਨਹੀਂ ਹੈਗਾ ਇਸ ਕਰਕੇ ਤੁਸੀਂ ਪਲੀਜ਼ ਪੇਮੈਂਟ ਕਰਕੇ ਹੀ ਸੂਟ ਰਖਾਇਆ ਕਰੋ ਤੇ ਕਾਲ ਨਾ ਕਰਿਓ ਤੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਪੁੱਛ ਲਿਓ ਵੀ ਇਹ ਹੈਗਾ ਜਾਂ ਨਾ ਹੈਗਾ ਤੇ ਜਿਹੜੇ ਪਹਿਲਾਂ ਪਹਿਲਾਂ ਮੈਸੇਜ ਕਰਨਗੇ ਜੀ ਦੇਖੋ ਉਹਨਾਂ ਨੂੰ ਸਭ ਨੂੰ ਮਿਲ ਜਾਣਗੇ ਉਂਝ ਹੈਗਾ ਜੀ ਸਟਾਕ ਦੇ ਵਿੱਚ ਕਈ ਵਾਰੀ ਐਸਾ ਹੁੰਦਾ ਹੈ ਸਾਡੇ ਕੋਲ ਸਟਾਕ ਕਾਫੀ ਜ਼ਿਆਦਾ ਜਾਂਦੇ ਨੇ ਕੱਪੜੇ ਫਿਰ ਸਟਾਕ ਖਤਮ ਹੋ ਜਾਂਦਾ ਹੈ ਹਨਾ ਤੇ ਕੋਈ ਗੱਲ ਨਹੀਂ ਆਪਾਂ ਕੋਸ਼ਿਸ਼ ਵੀ ਤੇ ਨਾਲ ਨਾਲ ਆਪਾਂ ਦੱਸਾਂਗੇ ਜੀ ਵੀ ਇਹ ਕਿਹੜੇ ਆਪਾਂ ਦਿਖਾਇਆ ਹਨਾ ਕਪੜਾ ਤੁਹਾਨੂੰ ਪਤਾ ਲੱਗ ਜੂ ਮੈਚਿੰਗ ਸੂਟ ਨੇ ਅੱਜ ਵਾਲੇ ਸਾਰੇ ਵਿੰਟਰ ਸੀਜ਼ਨ ਵਾਲੇ ਮੈਚਿੰਗ ਸੂਟ ਨੇ ਤੇ ਸਰਦੀਆਂ ਦੇ ਲਈ ਤੋਹਫੇ ਨੇ ਜੀ ਬਹੁਤ ਜ਼ਿਆਦਾ ਸੋਹਣੇ ਨੇ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਮੰਗਵਾ ਸਕਦੇ ਹੋ ਤੇ ਨਾਲ 벨버ਟ ਦੇ ਸੂਟ ਵੀ ਦਿਖਾਵਾਂਗੇ ਪਸ਼ਮੀਨੇ ਦੇ ਸੂਟ ਵੀ ਦਿਖਾਵਾਂਗੇ ਜੋ ਵੀ ਤੁਸੀਂ ਲਾਇਕ ਕਰੋਗੇ ਤੁਸੀਂ ਲੈ ਲਿਓ ਸਾਰੀ ਗੱਲਬਾਤ ਕਰਾਂਗੇ ਜੀ ਜਿਹੜੇ 벨버ਟ ਦੇ ਨਾਲ ਵੀ ਕਿਹੜੀ ਆਪਾਂ ਸਲਵਾਰ ਲਾਵਾਂਗੇ ਕਿਹੜੇ ਨਾ ਮਹਿੰਗਾ ਸਸਤਾ ਪਊਗਾ ਜੇ ਤਾਂ ਮੈਂ ਜਦੋਂ ਫ੍ਰੀ ਹੁੰਨੀ ਆ ਮੈਂ ਉਹਦੀ ਰਿਪਲਾਈ ਕਰਦੀ ਆ ਕਈ ਵਾਰੀ ਕਿਸੇ ਪਾਸੇ ਜੁੜ ਜੇ ਹੁੰਨੇ ਆ ਹਨਾ ਫਿਰ ਇੱਕ ਜਾਂ ਦੋ ਦਿਨ ਮੈਸੇਜ ਨਹੀਂ ਸੀਨ ਹੁੰਦੇ ਇਸ ਕਰਕੇ ਤੁਸੀਂ ਥੋੜਾ ਜਿਹਾ ਵੇਟ ਕਰ ਲਿਓ ਜੇ ਅਗਰ ਤੁਸੀਂ ਪੇਮੈਂਟ ਕਰਤੀ ਮੇਥੋਂ ਮੈਸੇਜ ਸੀਨ ਨਾ ਹੋਇਆ ਤਾਂ ਵੀ ਤੁਸੀਂ ਘਬਰਾਉਣਾ ਨਹੀਂ ਹੈਗਾ ਵੀ ਜਿਸ ਦਾ ਪੇਮੈਂਟ ਕਰਤੀ ਹੋਣਾ ਤਾਂ ਮੈਸੇਜ ਸੀਨ ਨਹੀਂ ਕਰਿਆ ਹੁਣ ਕੀ ਬਣੂਗਾ ਐ ਤੋ ਤੁਹਾਡਾ ਸੂਟ ਹੈ ਜਿਹੜਾ ਜਰੂਰ ਭੇਜਿਆ ਜਾਊਗਾ ਠੀਕ ਹੈ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੇ ਸੂਟ ਬਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਜੇ ਤੁਸੀਂ ਮੈਨੂੰ ਵੇਖਦੇ ਹੋ YouTube ਚੈਨਲ ਪੰਜਾਬੀ ਕੋਰਨਰ ਤੋਂ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਵੇਖਦੇ ਹੋ ਜੀ Facebook ਪੇਜ ਤੋਂ ਅਜੇ ਤੱਕ ਪੇਜ ਨੂੰ ਫੋਲੋ ਨਹੀਂ ਕਰਿਆ ਤਾਂ ਫੋਲੋ ਜਰੂਰ ਕਰ ਲਿਓ ਜਿੰਨੇ ਵੀ ਆਪਾਂ ਸੂਟ ਬਣਾਉਣੇ ਆ ਸਾਰਿਆਂ ਦੇ ਡਿਜ਼ਾਈਨ ਤੁਹਾਨੂੰ Instagram ਦੇ ਉੱਪਰ ਮਿਲ ਜਾਣਗੇ Instagram ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜਾਇ ਇੱਥੇ ਲਿਖਿਆ ਹੋਇਆ ਸ਼ੋਅ ਹੋ ਰਿਹਾ ਚਲੋ ਜੀ ਆਪਾਂ ਸ਼ੁਰੂਆਤ ਕਰਦੇ ਆਂ ਪਹਿਲਾਂ ਪਸ਼ਮੀਨੇ ਦੇ ਸੂਟਾਂ ਦੇ ਨਾਲ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ ਜੀ ਚਾਰ ਕਲਰ ਦੇ ਪ੍ਰਿੰਟ ਸੇਮ ਹੈ ਕਲਰ ਦਾ ਫਰਕ ਹੈ ਜੋ ਵੀਡੀਓ ਵਿੱਚ ਕਲਰ ਆਊਗਾ ਮੈਂ ਤੁਹਾਨੂੰ ਦੱਸੂ ਵੀਡੀਓ ਵਿੱਚ ਥੋੜਾ ਜਿਹਾ ਬਲੂ ਆ ਰਿਹਾ ਪਰ ਇਹ ਪਰਪਲ ਕਲਰ ਹੈ ਡਾਰਕ ਪਰਪਲ ਕਲਰ ਦਾ ਸੂਟ ਹੈ ਬ੍ਰਾਂਡ ਦੇ ਸੂਟ ਨੇ ਜੀ ਠੀਕ ਹੈ ਤੇ ਸਕਰੀਨ ਤੇ ਇਹਨਾਂ ਦਾ ਪ੍ਰਾਈਸ ਸ਼ੋ ਹੋਊਗਾ ਜੀ ਜਿਹੜਾ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋਊਗਾ ਬਿਨਾਂ ਦੁਪੱਟੇ ਤੋਂ ਹੋਊਗਾ ਦੁਪੱਟਾ ਇਹਦੇ ਵਿੱਚ ਐਡ ਨਹੀਂ ਹੋਊਗਾ ਠੀਕ ਹੈ ਲਓ ਜੀ ਇਹ ਆਪਣੇ ਕੋਲੇ ਪਹਿਲਾ ਸੂਟ ਆ ਗਿਆ ਤੇ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦਾ ਕਮੀਜ਼ ਹੈ ਤੇ ਨਾਲ ਹੈਗੀ ਆ ਜੀ ਸਲਵਾਰ ਤੁਸੀਂ ਸਕਰੀਨ ਸ਼ਾਟ ਲਈ ਚਲਿਓ ਜੇ ਤੁਸੀਂ ਜੇ ਤੁਹਾਡਾ ਆਰਡਰ ਮੇਰੇ ਕੋਲੇ ਚੱਲ ਰਿਹਾ ਹੈ ਜੀ ਤਾਂ ਤੁਸੀਂ ਰੱਖਾ ਸਕਦੇ ਹੋ ਨਾ ਵੀ ਇਹ ਮੇਰੇ ਲਈ ਰੱਖ ਦਿਓ ਤੇ ਇਹ 2.5 ਮੀਟਰ ਸਲਵਾਰ ਆਊਗੀ ਤੇ 2.5 ਮੀਟਰ ਹੀ ਕਮੀਜ਼ ਆਊਗਾ ਠੀਕ ਹੈ ਇਹਦੇ ਵਿੱਚ ਥੋੜਾ ਜਿਹਾ ਬਲੂ ਜਿਹਾ ਦਿਸ ਰਿਹਾ ਹੈ ਬਲੂ ਨਹੀਂ ਹੈਗਾ ਜੀ ਜਿਹੜਾ ਆਪਣਾ ਅਸਲੀ ਪਰਪਲ ਕਲਰ ਹੁੰਦਾ ਹੈਗਾ ਉਹ ਵਾਲਾ ਕਲਰ ਹੈ ਲਓ ਜੀ 2.5 ਮੀਟਰ ਤੁਹਾਨੂੰ ਕੁਮੀਦ ਆ ਮਿਲੇਗਾ 2.5 ਮੀਟਰ ਹੀ ਸਲਵਾਰ ਦਾ ਮਿਲੇਗਾ ਵਧੀਆ ਬ੍ਰਾਂਡ ਦਾ ਜੀ ਰਾਮ ਟੈਕਸ ਦੇ ਕੱਪੜੇ ਨੇ ਇਹ ਠੀਕ ਹੈ ਸਕਰੀਨ ਦੇ ਉੱਪਰ ਪ੍ਰਾਈਸ ਤਾਂ ਉਹਨੂੰ ਸ਼ੋ ਹੋ ਰਿਹਾ ਇਹ ਹੋ ਗਿਆ ਜੀ ਪਹਿਲਾ ਪਰਪਲ ਸ਼ੇਡ ਇਹਦੇ ਵਿੱਚ ਆਪਾਂ ਦੂਸਰਾ ਸ਼ੇਡ ਦਿਖਾਉਨੇ ਆ ਜਿਹੜੀ ਗੱਲ ਕਹਾਂਗੇ ਜੀ ਉਹ ਹੀ ਪੂਰੀ ਹੋਊਗੀ ਠੀਕ ਹੈ ਮੈਂ ਪਹਿਲੀ ਕੌਣ ਦੱਸਦਾ ਆਪਾਂ ਹਲਕਾ ਕੱਪੜਾ ਨਹੀਂ ਰੱਖਦੇ ਹੈਗੇ ਵਧੀਆ ਹੀ ਰੱਖਦੇ ਆ ਹੋਰ ਕੱਪੜੇ ਬਹੁਤ ਸਾਰੇ ਆ ਰਹੇ ਨੇ ਪਸ਼ਮੀਨੇ ਦੇ ਲੋ ਜੀ ਦੂਸਰਾ ਕਲਰ ਹੈਗਾ ਜੀ ਮਸਟਰਡ ਕਲਰ ਬਹੁਤ ਜਿਆਦਾ ਸੋਹਣਾ ਸ਼ਾਨਦਾਰ ਕਲਰ ਹੈ ਤੁਸੀਂ ਆਪਣੀ ਅਲਮਾਰੀ ਚੈੱਕ ਕਰੋ ਵੀ ਤੁਹਾਡੇ ਕੋਲ ਕਿਹੜਾ ਕਲਰ ਨਹੀਂ ਹੈਗਾ ਕੋਸਾ ਬਣਾ ਤੁਸੀਂ ਜਿਹੜਾ ਪਸੰਦ ਕੋਈ ਲੈ ਲਓ ਮਸਟਰਡ ਕਲਰ ਹੈ ਜੀ ਬਹੁਤ ਸੋਹਣਾ ਇਹਦੇ ਵਿੱਚ ਡਿਜੀਟਲ ਪ੍ਰਿੰਟ ਦਾ ਇਹ ਦੇਖੋ ਮੈਂ ਉਹ ਵੀ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੀ ਹਾਂ ਇਹ ਦੇਖੋ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਇਹ ਵਾਲਾ ਹੈਗਾ ਤਾਂ ਕਮੀਜ਼ ਠੀਕ ਹੈ ਤੇ ਨਾਲ 2.5 ਮੀਟਰ ਦੀ ਸਲਵਾਰ ਉਹਦੀ ਵੀ ਮੈਂ ਪ੍ਰਿੰਟਿੰਗ ਨੇੜੇ ਤੋਂ ਦਿਖਾ ਦਈਏ ਪ੍ਰਿੰਟਿੰਗ ਸੇਮ ਆ ਬਸ ਰੰਗਾਂ ਦਾ ਹੀ ਫਰਕ ਹੈ ਲੋ ਜੀ ਜਿਹੜਾ ਤੁਹਾਨੂੰ ਪਸੰਦ ਹੈ ਜੀ ਉਹਦਾ ਸਕਰੀਨਸ਼ਾਟ ਲੈ ਲਿਓ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਤੀਸਰਾ ਸ਼ੇਡ ਇਹਦੇ ਵਿੱਚ ਹੈਗਾ ਜੀ ਮਰੂਨ ਜਿਹਾ ਸ਼ੇਡ ਹੈ ਇਹ ਬਹੁਤ ਜ਼ਿਆਦਾ ਡਾਰਕ ਡਾਰਕ ਨਾ ਵੀ ਨਹੀਂ ਹੈਗਾ ਰਸਟ ਮਰੂਨ ਜਿਹਾ ਸ਼ੇਡ ਹੈ ਜੀ ਨਾ ਬਿਲਕੁਲ ਰਸਟ ਹੈਗਾ ਤੇ ਨਾ ਬਹੁਤ ਜ਼ਿਆਦਾ ਇਸ ਤਰ੍ਹਾਂ ਵੀ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਡਾਰਕ ਡਾਰਕ ਨਾ ਵੀ ਹੈ ਬਹੁਤ ਪਿਆਰਾ ਮਿੱਠਾ ਮਿੱਠਾ ਸ਼ੇਡ ਹੈਗਾ ਰਸਟੇਜ ਹੈਗਾ ਰਸਟ ਮਰੂਨ ਕਹਿ ਸਕਦੇ ਹਾਂ ਆਪਾਂ ਪ੍ਰਿੰਟ ਸੇਮ ਹੈ ਜੀ ਰੰਗਾਂ ਦਾ ਫਰਕ ਹੈ ਬਸ ਇਹ ਲੋ ਜੀ ਜਿਹੜਾ ਤੁਹਾਨੂੰ ਪਸੰਦ ਹੈ ਉਹ ਤੁਸੀਂ ਰਖਵਾ ਸਕਦੇ ਹੋ ਇੱਕ ਰਖਵਾਉਣੇ ਨੇ ਦੋ ਰਖਾਉਣੇ ਨੇ ਆਪਣੇ ਰਿਸ਼ਤੇਦਾਰਾਂ ਲਈ ਲੈਣਾ ਭੈਣਾਂ ਭਾਈਆਂ ਦੇ ਲਈ ਲੈਣਾ ਕੋਈ ਤੁਸੀਂ ਘਰੇ ਪ੍ਰੋਗਰਾਮ ਖੰਡ ਪਾਟ ਸਹਿਜ ਪਾਟ ਕਰ ਰਹੇ ਹੋਗੇ ਹਨਾ ਤਾਂ ਤੁਸੀਂ ਲੈ ਸਕਦੇ ਹੋ ਜੀ ਹਨਾ ਅਗਲਾ ਸਮਾ ਕੇ ਪਾਊਗਾ ਨਾ ਤਾਂ ਰੱਖਣ ਵਾਲੇ ਸੂਟ ਨਹੀਂ ਹੈਗੇ ਐਨ 100 ਵਾਲੇ ਸੂਟ ਨਹੀਂ ਸੋਹਣੇ ਲੋ ਜੀ ਇਹ ਸਲਵਾਰ ਹੈ ਜੀ ਇਹ ਵਾਲਾ ਹੈਗਾ ਕਮੀਜ਼ ਸਕਰੀਨ ਸ਼ਾਟ ਲੈ ਲਓ ਜਿਹੜਾ ਪਸੰਦ ਹੋਇਆ ਇਹ ਵਾਲਾ ਰੰਗ ਕਿਹਜਾ ਚੌਥਾ ਰੰਗ ਇਹ ਵੀ ਬੜਾ ਪਿਆਰਾ ਕਲਰ ਹੈ ਜੀ ਮੋਰ ਪੰਖੀ ਆ ਪੀਕਾਕ ਸ਼ੇਡ ਹੈ ਇਹ ਗ੍ਰੀਨ ਵਾਲੀ ਟੋਨ ਚ ਪੀਕਾਕ ਸ਼ੇਡ ਹੁੰਦਾ ਇੱਕ ਹੁੰਦਾ ਬਲੂ ਵਾਲੀ ਟੋਨ ਜੇ ਗ੍ਰੀਨ ਵਾਲੀ ਚ ਚਾਰੇ ਕਲਰ ਬਹੁਤ ਸੋਹਣੇ ਨੇ ਮੈਂ ਖੁਦ ਸੱਸੋਂ ਪੰਜ ਚਾਂ ਵੀ ਮੈਂ ਆਪਣੇ ਲਈ ਕਿਹੜਾ ਸਲਾਈ ਕਰਵਾਵਾਂ ਠੀਕ ਹੈ ਜੀ ਬਹੁਤ ਜ਼ਿਆਦਾ ਹੈਵੀ ਨਹੀਂ ਹੈਗਾ ਇੱਕ ਤਾਂ ਹੁੰਦਾ ਜੀ ਪਸ਼ਮੀਨਾ ਜਿੰਨਾ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿੰਨੀ ਆ ਜਿੰਨਾ ਪਸ਼ਮੀਨਾ ਸਸਤਾ ਹੋਊਗਾ ਉਹ ਕਾਫੀ ਜ਼ਿਆਦਾ ਭਾਰਾ ਭਾਰਾ ਹੋਊਗਾ ਪਰ ਬਿਲਕੁਲ ਇਹ ਹਲਕਾ ਪਸ਼ਮੀਨਾ ਬਹੁਤ ਜ਼ਿਆਦਾ ਹੈਵੀ ਪਸ਼ਮੀਨਾ ਨਹੀਂ ਹੈਗਾ ਲਓ ਜੀ 2 ਮੀਟਰ ਸਲਵਾਰ ਇਹ 2 ਮੀਟਰ ਕਮੀਜ਼ ਕਾਫੀ ਜਿਆਦਾ ਸੋਹਣੇ ਨਿਰੰਗ ਜਿਹੜਾ ਤੁਹਾਨੂੰ ਰੰਗ ਪਸੰਦ ਆ ਜੀ ਉਹ ਲੈ ਲਿਓ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋ ਹੋ ਰਹੇ ਨੇ ਇਸ ਸਕਰੀਨ ਦੇ ਉੱਪਰ ਪ੍ਰਾਈਸ ਜਿਹੜਾ ਸ਼ੋ ਹੋਇਆ ਜੀ ਇਹ ਬਿਨਾ ਸਲਾਈ ਤੋਂ ਹੋਇਆ ਉਹ ਸੌਰੀ ਬਿਨਾ ਦੁਪੱਟੇ ਤੋਂ ਹੋਇਆ ਇਹਦੇ ਵਿੱਚ ਦੁਪੱਟਾ ਐਡ ਨਹੀਂ ਹੈਗਾ ਦੁਪੱਟਾ ਤੁਸੀਂ ਚਨੂਨ ਦਾ ਲਗਵਾ ਸਕਦੇ ਹੋ ਤੇ ਬਾਕੀ ਗੱਲ ਇਹ ਆ ਜੀ ਜਿਵੇਂ ਹੁਣ ਪਸ਼ਮੀਨੇ ਦੇ ਸੂਟ ਹੁੰਦੇ ਨੇ ਨਾ ਇਹਨਾਂ ਨਾਲ ਚਰੁੰਦੇ ਦੁਪट्टे ਹੀ ਲਗਵਾ ਲਿਆ ਕਰੋ ਕਿਉਂਕਿ ਸੂਟ ਨੂੰ 5-5 ਸਾਲ 6-6 ਸਾਲ ਕੁਝ ਨਹੀਂ ਹੁੰਦਾ ਫਿਰ ਜੇ ਤੁਸੀਂ ਹਾਫ ਪਿਓਰ ਦੇ ਦੁਪट्टे ਲਗਵਾਉਗੇ ਉਹ ਦੁਪट्टे ਥੋੜੇ ਜਿਹਾ ਹਨਾ ਧੋਆਂ ਬਾਦ ਨਾ ਪ੍ਰਾਣ ਦਿਸਣ ਲੱਗ ਜਾਂਦੇ ਵੀ ਪ੍ਰਾਣ ਜਾ ਪੈ ਗਿਆ ਹੁੰਦਾ ਚਨੂਨ ਦੇ ਦੁਪੱਟੇ ਦੇ ਨਾ ਸਹੀ ਰਹਿਣਗੇ ਤੁਸੀਂ ਚਨੂਨ ਦਾ ਦੁਪੱਟਾ ਲਵਾ ਲਿਓ ਠੀਕ ਹੈ ਲਓ ਜੀ ਚਰੇ ਚਰੂਨ ਦਾ ਦੁਪੱਟਾ ਤੁਹਾਨੂੰ ਡਾਈ ਕਰਕੇ ਦੇਵਾਂਗੇ ਜੀ ਅਸੀਂ ਡਾਈ ਕਰਕੇ ਜਿਵੇਂ ਇਹਦੇ ਨਾਲ ਦਾ ਦੁਪੱਟਾ ਡਾਈ ਕਰਕੇ ਤੇ ਇੱਥੋਂ ਇਹਦੇ ਵਿੱਚੋਂ ਕੋਈ ਵੀ ਉਹ ਲੈ ਕੇ ਲੈਂਸ ਲਾ ਕੇ ਫਿਨਿਸ਼ਿੰਗ ਕਰਕੇ ਦੇਵਾਂਗੇ ਤੁਹਾਨੂੰ ਜਿਹੜਾ ਚਰੂਨ ਦਾ ਦੁਪੱਟਾ ਹੋਊਗਾ ਪ੍ਰੋਪਰ ਤਿਆਰ ਕਰਕੇ ਦੇਵਾਂਗੇ ਠੀਕ ਹੈ ਲਓ ਜੀ ਇਹ ਪਹਿਲੇ ਦੇ ਵਿੱਚ ਹੈਗੇ ਨੇ ਚਾਰ ਡਿਜ਼ਾਈਨ ਪਹਿਲੇ ਡਿਜ਼ਾਈਨ ਦੇ ਵਿੱਚ ਚਾਰ ਕਲਰ ਨੇ ਇਹ ਹੈਗਾ ਆਪਣੇ ਕੋਲੇ ਸੈਕਿੰਡ ਡਿਜ਼ਾਈਨ ਇਹਦਾ ਰੇਟ ਥੋੜਾ ਜਿਹਾ ਘੱਟ ਆ ਪਹਿਲੇ ਨਾਲੋਂ ਇਹ ਵੀ ਰਾਮ ਟੈਕਸ ਦਾ ਹੀ ਹੈ ਠੀਕ ਹੈ ਇਹਨਾਂ ਵਿੱਚ ਰੇਟਾਂ ਦਾ ਫਰਕ ਹੁੰਦਾ ਜੀ ਪਹਿਲਾ ਸ਼ੇਡ ਇਹਦੇ ਵਿੱਚ ਹੈਗਾ ਜੀ ਮਹਿੰਦੀ ਕੀ ਜੀ ਪਹਿਲਾ ਸ਼ੇਡ ਇਹਦੇ ਵਿੱਚ ਮਹਿੰਦੀ ਆ ਬਹੁਤ ਪਿਆਰਾ ਸ਼ੇਡ ਹੈਗਾ ਤੁਸੀਂ ਆਪਣੇ ਹਿਸਾਬ ਨਾਲ ਲੈ ਲਓ ਕਲਰ ਦੇਖੋ ਕਿੰਨੇ ਪਿਆਰੇ ਨੇ ਬਹੁਤ ਜਿਆਦਾ ਸ਼ਾਨਦਾਰ ਕਲਰ ਨੇ ਜੀ ਹਰ ਕਲਰ ਤੇ ਚਣਗੇ ਉਹਨਾਂ ਜੋ ਪ੍ਰਿੰਟ ਪਸੰਦ ਆ ਉਹ ਲੈ ਲਿਓ ਜੀ ਇਹਦਾ ਰੇਟ ਥੋੜਾ ਜਿਹਾ ਘੱਟ ਆ ਇਹ ਪਸੰਦ ਆ ਤਾਂ ਇਹ ਲੈ ਲਓ 2.5 ਮੀਟਰ ਕਮੀਜ਼ ਮਿਲੂਗਾ 2.5 ਮੀਟਰ ਸਲਵਾਰ ਮਿਲੂਗੀ ਬਹੁਤ ਜਿਆਦਾ ਸ਼ਾਨਦਾਰ ਨੇ ਬਹੁਤ ਸੋਹਣੇ ਨੇ ਪਹਿਲਾ ਮਹਿੰਦੀ ਸ਼ੇਡ ਹੋ ਗਿਆ ਤੁਸੀਂ ਸਕਰੀਨ ਸ਼ਾਟ ਲੈ ਲਓ ਕਈ ਭੈਣਾਂ ਕਹਿੰਦੀਆਂ ਨੇ ਸਾਨੂੰ ਸਕਰੀਨ ਸ਼ਾਟ ਦਾ ਟਾਈਮ ਨਹੀਂ ਲੱਗਦਾ ਤੁਸੀਂ ਜਲਦੀ ਕੱਪੜੇ ਚੱਕਦੇ ਨੇ ਹੁਣ ਜੀ ਤਾਂ ਮੈਂ ਦਿੰਦੀ ਹੁਣੇ ਆ ਜ スクリーンショット ਲਾਓ ਤੁਸੀਂ ਇਹ ਪਹਿਲਾ ਕਲਰ ਹੋ ਗਿਆ ਦੂਸਰਾ ਕਲਰ ਇਹਦੇ ਵਿੱਚ ਇਹ ਵੀ ਬੜਾ ਪਿਆਰਾ ਹੈ ਜੀ ਗ੍ਰੀਨ ਕਲਰ ਪਹਿਲਾ ਮਹਿੰਦੀ ਕਲਰ ਹੈ ਦੂਸਰਾ ਗ੍ਰੀਨ ਕਲਰ ਹੈ ਜਿਹੜਾ ਤੁਹਾਨੂੰ ਪਸੰਦ ਹੋ ਉਹ ਲਓ ਜੀ ਜਿਹੜਾ ਤੁਹਾਡੇ ਕੋਲ ਹੈ ਨਹੀਂ ਮੇਨ ਗੱਲ ਇਹ ਹੁੰਦੀ ਹੈ ਨਾ ਵੀ ਇਹ ਕਲਰ ਸਾਡੇ ਕੋਲੇ ਹੈ ਨਹੀਂਗਾ ਲਓ ਜੀ ਬਹੁਤ ਪਿਆਰਾ ਕਲਰ ਹੈ ਵੀਡੀਓ ਵਿੱਚ ਥੋੜਾ ਜਿਹਾ ਗ੍ਰੀਨ ਹਮੇਸ਼ਾ ਫਰਕ ਕਰਿਆ ਨਾ ਹੁੰਦਾ ਗ੍ਰੀਨ ਦਾ ਇੱਥੇ ਤੁਹਾਨੂੰ ਵੀਡੀਓ ਚ ਰਾਮਾ ਗ੍ਰੀਨ ਜਾਂ ਦਿਸਦਾ ਪਰ ਇਹ ਗ੍ਰੀਨ ਕਲਰ ਬੜਾ ਪਿਆਰਾ ਗ੍ਰੀਨ ਕਲਰ ਹੈ ਵੀਡੀਓ ਵਿੱਚ ਜਿਹੜਾ ਸਾ ਜਿਹੜਾ ਗ੍ਰੀਨ ਕਲਰ ਉਹ ਸਹੀ ਨਹੀਂ ਆਉਂਦਾ ਹੁੰਦਾ ਤੁਹਾਨੂੰ ਰਾਮਾ ਗ੍ਰੀਨ ਜਾਂ ਦਿਸਦਾ ਪਰ ਇਹ ਸੋਹਣਾ ਗ੍ਰੀਨ ਕਲਰ ਹੈ ਜੀ ਇਸ ਤੋਂ ਵੀ ਜਿਹੜਾ ਤੁਹਾਨੂੰ ਵੀਡੀਓ ਚ ਕਲਰ ਦਿਂਦਾ ਇਸ ਤੋਂ ਕਿਤੇ ਸੋਹਣਾ ਜ਼ਿਆਦਾ ਕਲਰ ਹੈ ਇਹ ਦੂਸਰਾ ਸ਼ੇਡ ਇਹਦੇ ਵਿੱਚ ਹੈ ਪਹਿਲਾ ਮਹਿੰਦੀ ਸ਼ੇਡ ਹੈ ਦੂਸਰਾ ਇਹ ਵਾਲਾ ਸ਼ੇਡ ਆ ਗਿਆ ਜੀ ਲੋਜੀ ਰੂਬੀ ਸ਼ੇਡ ਬੜਾ ਪਿਆਰਾ ਸ਼ੇਡ ਹੈ ਰੂਬੀ ਬਹੁਤ ਜ਼ਿਆਦਾ ਸੋਹਣਾ ਹੈਗਾ ਜੀ ਕਿਉਂਕਿ ਸਰਦੀ ਦੇ ਵਿంటర్ ਸੀਜ਼ਨ ਦੇ ਵਿੱਚ ਹਨਾ ਜਿਆਦਾ ਲਾਈਟ ਸੋਹਣੇ ਨਹੀਂ ਲੱਗਦੇ ਇਹ ਲਓ ਜੀ ਬਹੁਤ ਪਿਆਰਾ ਹੈ ਤੇ ਇਹ ਇਸ ਤਰ੍ਹਾਂ ਨਹੀਂ ਹੈਗਾ ਹਨਾ ਵੀ ਬਹੁਤ ਜਿਆਦਾ ਬ੍ਰਾਈਟ ਬ੍ਰਾਈਟ ਹੈ ਇਹਦੇ ਵਿੱਚ ਹਲਕੇ ਹੀ ਹਲਕੇ ਬਲੈਕ ਕਿਸਜ ਹੈ ਠੀਕ ਹੈ ਤੁਹਾਨੂੰ ਇਹ ਢੜਕਮਾ ਕਲਰ ਨਹੀਂ ਹੈਗਾ ਪਰ ਵੀਡੀਓ ਵਿੱਚ ਕੁਮੀਜ਼ ਠੀਕ ਆ ਰਿਹਾ ਸਲਵਾਰ ਥੋੜਾ ਜਿਹਾ ਲੈ ਲੱਗਦਾ ਵੀ ਰੰਗ ਢੜਕਦਾ ਹੋਊਗਾ ਇੰਨਾ ਢੜਕਮਾ ਨਹੀਂ ਹੈਗਾ ਜੀ ਸ਼ਾਂਤ ਜਿਹਾ ਹੀ ਕਲਰ ਹੈ ਇਹ ਠੀਕ ਹੈ ਲਓ ਜੀ ਤੀਸਰਾ ਕਲਰ ਆਪਣੇ ਕੋਲੇ ਇਹਦੇ ਵਿੱਚ ਆ ਗਿਆ ਰੂਬੀ ਪਹਿਲਾ ਮਹਿੰਦੀ ਦੂਸਰਾ ਗ੍ਰੀਨ ਤੀਸਰਾ ਰੂਬੀ ਚੌਥਾ ਕਲਰ ਵੀ ਬੜਾ ਪਿਆਰਾ ਹੈ ਲੋ ਜੀ ਡਾਰਕ ਮਸਟਰਡ ਕਲਰ ਡਾਰਕ ਮਸਟਰਡ ਕਲਰ ਹੈ ਜੀ ਬੜਾ ਸੋਹਣਾ ਕਲਰ ਹੈ ਇਹ ਵੀ ਤੁਸੀਂ ਦੇਖ ਲਿਓ ਜਿਹੜਾ ਤੁਹਾਨੂੰ ਪਸੰਦ ਹੈ ਉਹ ਲੈ ਲਿਓ ਲੋ ਜੀ ਦੇਖੋ ਕਿੰਨਾ ਪਿਆਰਾ ਕਲਰ ਹੈ ਮਸਟਰਡ ਕਲਰ ਹੈਗਾ ਜਿਹੜਾ ਇਹਨਾਂ ਚੋਂ ਚਾਰਾਂ ਚੋਂ ਪਸੰਦ ਹੋਇਆ ਉਹ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਬੈਲਵਟ ਇਹ ਬੈਲਵਟ ਹੈਗੀ ਆ ਜੀ ਤਾਟ్రਾਈ ਬੈਲਵਟ ਇੱਕ ਸਿੰਪਲ ਬੈਲਵਟ ਹੁੰਦੀ ਆ ਉਹ ਹੁਣ ਇਹ ਹੈਗੀ ਆ ਕਾਟ్రਾਈ ਬੈਲਵਟ ਇਹ ਵੀ ਬੈਲਵਟ ਕਾਫੀ ਜਿਆਦਾ ਸੋਹਣੀ ਹੈਗੀ ਤੇ ਇੱਥੇ ਤੁਸੀਂ ਆਲ ਓਵਰ ਸੂਟ ਲੈਣਾ ਆਲ ਓਵਰ ਲੈ ਸਕਦੇ ਹੋ ਡਿਜੀਟਲ ਪ੍ਰਿੰਟ ਦਾ ਸੂਟ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਪਰਖਣ ਤੋਂ ਬਾਅਦ ਮੈਂ ਫੈਬਰਿਕ ਖਰੀਦੀ ਹੁੰਦੀ ਆ ਘੰਟਾ ਘੰਟਾ ਖਰਾਬ ਕਰਕੇ ਠੀਕ ਹੈ ਵੀ ਕੀ ਸੋਹਣਾ ਲੱਗੂਗਾ ਕਿ ਇਹਦਾਂ ਨਹੀਂ ਸੋਹਣਾ ਲੱਗੂਗਾ ਤੇ ਇਹਦੇ ਵਿੱਚ ਕੀ ਹੈ ਨਾ ਇਹ ਕਾਰਟਰਾਏ ਬੈਲਵਟ ਹੈ ਇਹਦੀ ਫਾਰਾ ਜਿਹੜੀ ਬਹੁਤ ਜਿਆਦਾ ਉੱਪਰ ਉੱਪਰ ਨਹੀਂ ਹੁੰਦੀ ਹੈਗੀ ਹਨਾ ਵੀ ਬਹੁਤ ਜਿਆਦਾ ਉੱਤੇ ਉੱਤੇ ਜੇ ਫਾਰ ਹੁੰਦੀ ਹੈ ਤੇ ਉਹਦੇ ਤੇ ਲੂ ਚਿਪਕ ਜਾਂਦੇ ਨੇ ਜਿਵੇਂ ਇਹਦੇ ਉੱਤੇ ਇਸ ਤਰ੍ਹਾਂ ਨਹੀਂ ਹੈਗਾ ਵੀ ਹੋਰ ਕਿਸੇ ਕੱਪੜੇ ਦਾ ਜਿਹੜਾ ਲੂ ਆਏਗਾ ਹਨਾ ਲੱਗ ਜਿਵੇਂ ਆਪਾਂ ਹੋਰ ਕੱਪੜੇ ਧੋਣਿਆਂ ਜਿਹੜੀ ਦੂਸਰੀ ਬੈਲਵਟ ਹੁੰਦੀ ਹੈ ਉਹਨਾਂ ਕੱਪੜਿਆਂ ਦੇ ਜਿਹੜੇ ਬੁਰਜੇ ਚਿੰਬੜ ਜਾਂਦੇ ਨੇ ਇਹ ਉਹ ਇਹ ਕਾਰਟਰਾਏ ਬੈਲਵਟ ਹੈ ਇਹਦੇ ਵਿੱਚ ਉਹ ਸ਼ਿਕਾਇਤ ਨਹੀਂ ਆਉਣੀ ਸ਼ਾਈਨ ਤੁਹਾਨੂੰ ਦਿਸਦੀ ਹੈ ਜਿਵੇਂ ਇਹਦੇ ਵਿੱਚ ਹਨਾ ਵੀਡੀਓ ਦੇ ਵਿੱਚ ਸੂਤ ਦੀ ਸ਼ਾਈਨ ਦਿਸਦੀ ਹੈ ਸੇਮ ਸ਼ਾਈਨ ਉਸੇ ਤਰ੍ਹਾਂ ਹੀ ਤੇ ਆਪਾਂ ਇੱਥੇ ਤੁਹਾਡੇ ਲਈ ਦੋ ਚੀਜ਼ਾਂ ਲੈ ਕੇ ਆਏ ਆ ਤੇ ਇਹਦੇ ਲਈ ਆਪਾਂ ਜਿਹੜੀ ਸਲਵਾਰ ਮੈਚਿੰਗ ਕਰੀ ਆ ਪਹਿਲਾ ਆਪਣੇ ਕੋਲੇ ਹੈਗੀ ਆ ਜੀ ਮੋਰ ਪੰਖੀ ਤੇ ਸਲਵਾਰ ਵੀ ਆਪਾਂ ਰਾਮ ਟੈਕਸ ਦੀ ਜਿਹੜਾ ਸ਼ਾਈਨ ਵਾਲਾ ਪਸ਼ਮੀਨਾ ਜੇ ਤੁਸੀਂ ਮੈਨੂੰ ਲਗਾਤਾਰ ਫੋਲੋ ਕਰਦੇ ਹੋ ਤੁਹਾਨੂੰ ਪਤਾ ਹੋ ਜਿਹੜਾ ਚਮਕ ਵਾਲਾ ਕੱਪੜਾ ਜੀ ਉਹਦੀ ਸਲਵਾਰ ਰੱਖੀ ਹੈ ਤੇ ਇਹ ਕੱਪੜਾ ਆਪਾਂ ਨੂੰ ਕਾਫੀ ਮਹਿੰਗਾ ਪੈਂਦਾ ਇਸ ਕਰਕੇ ਸੂਟ ਦਾ ਰੇਟ ਦਾ ਹਨਾ ਫਰਕ ਪੈ ਜਾਂਦਾ ਅਗਰ ਤੁਸੀਂ ਤਾਂ ਸੂਟ ਦਾ ਰੇਟ ਸਸਤਾ ਬਣਾਉਣਾ ਤਾਂ ਮੈਂ ਸਿੰਪਲ ਪਸ਼ਮੀਨੇ ਦੀ ਸਲਵਾਰ ਵੀ ਲਾ ਦੂੰਗੀ ਉਹਦੇ ਨਾਲ ਵੀ ਫਰਕ ਪੈ ਜਾਂਦਾ ਰੇਟ ਦਾ ਪਰ ਮੈਨੂੰ ਇਹ ਚਾਚੀ ਕਿਉਂਕਿ ਜੀ ਇਹਦੇ ਵਿੱਚ ਸ਼ਾਈਨ ਹੈ ਕੱਪੜੇ ਦੀ ਮਤਲਬ ਕਿ ਬੈਲ ਜਿਹੜੀ ਇਹ ਬੈਲ ਬਟਨ ਹੈ ਇਹਦੇ ਵਿੱਚ ਸ਼ਾਈਨ ਹੈਗੀ ਪ੍ਰਿੰਟ ਕਮੀਜ਼ ਦੇ ਵਿੱਚ ਤਾਂ ਸਲਵਾਰ ਵੀ ਸ਼ਾਈਨ ਵਾਲੀ ਮੈਨੂੰ ਸੋਹਣੀ ਲੱਗੀ ਇਸ ਕਰਕੇ ਮੈਂ ਲਈ ਹੈ ਠੀਕ ਹੈ ਇਹ ਦੇਖੋ ਕੰਨੀ ਤੋਂ ਪਤਾ ਲੱਗਦਾ ਪਹਿਲਾ ਆਪਸ਼ਨ ਆਪਣੇ ਕੋਲੇ ਇਹਦੇ ਵਿੱਚ ਮੋਰ ਪੰਖੀ ਹੈ 2.5 ਮੀਟਰ ਕਮੀਜ਼ ਮਿਲੂਗਾ 2.5 ਮੀਟਰ ਸਲਵਾਰ ਮਿਲੂਗੀ ਜੀ ਇਹਦੇ ਵਿੱਚ ਤਿੰਨ ਦੀ ਆਪਸ਼ਨ ਨਹੀਂ ਹੈਗੀ ਆਪਣੇ ਕੋਲੇ ਠੀਕ ਹੈ ਦੇਖੋ ਬਹੁਤ ਪਿਆਰੀ ਲੱਗਦੀ ਹੈ ਤੇ ਦੂਸਰੀ ਆਪਸ਼ਨ ਆਪਣੇ ਕੋਲੇ ਹੈਗੀ ਹੈ ਇਹਦੇ ਵਿੱਚ ਨਾਬੀ ਜੀ ਮਰੂਨ ਸ਼ੇਡ ਹੈ ਇਹਦੇ ਵਿੱਚ ਹੈਗਾ ਨਾ ਮਰੂਨ ਸ਼ੇਡ ਤੇਲ ਵਾਲਾ ਦੋ ਆਪਸ਼ਨ ਆਪਣੇ ਕੋਲੇ ਹੋ ਗਈਆਂ ਜੇ ਤੁਹਾਨੂੰ ਇਹਨਾਂ ਚੋਂ ਜਿਹੜਾ ਵੀ ਪਸੰਦ ਹੋਇਆ ਤੇ ਇਹਨਾਂ ਦੇ ਸਕਰੀਨ ਤੇ ਫਰਾਇ ਸ਼ੋ ਹੋਈ ਜਾਣਗੇ ਤੁਹਾਨੂੰ ਪਹਿਲੀ ਮੈਂ ਤੁਹਾਨੂੰ ਦਿਖਾ ਦਿੱਤੀ ਹੈਗੀ ਇਹ ਵਾਲੀ ਮੋਰ ਪੰਖੀ ਵਾਲੀ ਮੈਂ ਦੁਬਾਰਾ ਧਰ ਕੇ ਦਿਖਾ ਦਿੰਨੀ ਆ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜੂਗੀ ਤੁਸੀਂ ਦੇਖ ਲਿਓ ਕਿਹੜੇ ਨਾਲ ਜਚੂ ਪਹਿਲੀ ਇਹ ਮੋਰ ਪੰਖੀ ਵਾਲੀ ਹੈ ਦੂਜੀ ਮਰੂਨ ਸ਼ੇਡ ਵਾਲੀ ਜੇ ਤੁਸੀਂ ਡਾਰਕ ਪਾਉਣਾ ਤਾਂ ਇਹਦੇ ਨਾਲ ਪਾ ਲਿਓ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜਦੋਂ ਤੁਸੀਂ ਨਾਲ ਦੁਪੱਟਾ ਲੈ ਲਿਆ ਤੁਸੀਂ ਸੂਟ ਦੀ ਗ੍ਰੇਸ ਬਣਦੀ ਦੇਖਿਓ ਪਹਿਲੀ ਆਪਸ਼ਨ A ਆ ਦੂਜੀ ਆਪਸ਼ਨ A ਆ ਤੀਜੀ ਆਪਸ਼ਨ ਆਪਣੇ ਕੋਲ ਸਿੰਪਲ ਪਸ਼ਮੀਨੇ ਦੀ ਸਲਵਾਰ ਨਾਲ ਹੈ ਜੀ ਇਹ ਵਾਲੀ ਮੋਰ ਪੰਖੇ ਸਲਵਾਰ ਨਾਲ ਹੁਣ ਇਹਨਾਂ ਚੋਂ ਜਿਹੜਾ ਤੁਹਾਨੂੰ ਜੱਚੂਗਾ ਜੀ ਉਹ ਲੈ ਲਿਓ ਜੇ ਮੈਂ ਤੁਹਾਡੇ ਮੂਰੇ ਕਰ ਦੇਣੀ ਆ ਜੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਵੀ ਇਸ ਤੋਂ ਇਲਾਵਾ ਜੀ ਹੈਨਾ ਹੋਰ ਰੰਗ ਲਾ ਦਿਓ ਤਾਂ ਆਪਾਂ ਹੋਰ ਲਾ ਦਾਂਗੇ ਪਰ ਉਹ ਰੰਗ ਜਿਹੜਾ ਤੁਸੀਂ ਕਹੋਗੇ ਇਹਦੇ ਵਿੱਚੋਂ ਹੀ ਲੱਗੂਗਾ ਉਹਦੇ ਵਿੱਚੋਂ ਦੋ ਹੀ ਕਲਰ ਜੱਚਦੇ ਸੀ ਮੈਂ ਦੋਨੋਂ ਲਾ ਦਿੱਤੇ ਨੇ ਠੀਕ ਹੈ ਤੀਜਾ ਕਲਰ ਉਹ ਤੇ ਜੱਚਿਆ ਨਹੀਂ ਮੈਂ ਸਾਰੇ ਮਲਾ ਮਿਲਾ ਕੇ ਦੇਖੇ ਨੇ ਤੇ ਇਹਦੇ ਵਿੱਚੋਂ ਸਿੰਪਲ ਪਸ਼ਮੀਨੇ ਵਿੱਚੋਂ ਲਾ ਦਾਂਗੇ ਇਹ ਪਸ਼ਮੀਨਾ ਵੀ ਤੁਹਾਨੂੰ ਜਿਹੜਾ ਮਿਲੂਗਾ ਜੇ ਰਾਮ ਟੈਕਸ ਦਾ ਪਸ਼ਮੀਨਾ ਮਿਲੂਗਾ ਆਪਣੇ ਕੋਲ ਡੁਪਲੀਕੇਟ ਕੁਝ ਵੀ ਨਹੀਂ ਹੁੰਦਾ ਜਿਸ ਆ ਪਸ਼ਮੀਨਾ ਲੈਣਾ ਇਹ ਵੀ ਰਾਮ ਟੈਕਸ ਦਾ ਜੇ ਸ਼ਾਈਨ ਵਾਲਾ ਪਸ਼ਮੀਨਾ ਲੈਣਾ ਉਹ ਵੀ ਰਾਮ ਟੈਕਸ ਦਾ ਮਿਲੂਗਾ ਠੀਕ ਹੈ ਤੇ ਸਲਵਾਰ 2.5 ਮੀਟਰ ਹੀ ਮਿਲੂਗੀ ਚਾਹੇ ਤਾਂ ਤੁਸੀਂ ਇਹ ਮੋਰ ਪੰਖੇ ਲਗਵਾ ਲਓ ਚਾਹੇ ਉਹਨਾਂ ਚੋਂ ਲਗਵਾ ਲਓ ਇਹਦਾ ਰੇਟ ਇੱਥੇ ਸ਼ੋ ਹੋ ਰਿਹਾ ਉਹਨਾਂ ਦੇ ਰੇਟ ਵੀ ਸ਼ੋ ਹੋਏ ਨੇ ਪਹਿਲਾਂ ਠੀਕ ਹੈ ਲੋ ਜੀ ਇਹ ਬੈਲਵੱਟ ਦੇ ਵਿੱਚ ਆਪਣੇ ਕੋਲੇ ਦੂਸਰਾ ਕਲਰ ਹੋਰ ਹੈ ਤੇ ਤੁਸੀਂ ਸਕਰੀਨ ਸ਼ਾਟ ਲੈ ਲਓ ਜੇ ਪਸੰਦ ਆ ਦੂਸਰਾ ਕਲਰ ਦਿਖਾ ਇਹ ਕਾਟ ਰਾਈ ਬੈਲਵਟ ਹੈ ਜੀ ਕਾਫੀ ਇਹਦਾ ਸੋਹਣੀ ਹੈ ਆਲ ਓਵਰ ਲੈਣਾ ਆਲ ਓਵਰ ਲੈ ਲੋ ਜੀ ਤੁਹਾਡੀ ਮਰਜ਼ੀ ਹੈ ਸਕਰੀਨ ਤੇ ਪ੍ਰਾਈਸ ਸ਼ੋ ਹੋ ਜਾਣਗੇ ਜਿਵੇਂ ਤੁਹਾਨੂੰ ਪਸੰਦ ਹੋਵੇ ਲੈ ਲਓ ਜੀ ਇਹਦੇ ਵਿੱਚ ਆਪਣੇ ਕੋਲੇ ਹੈਗੀ ਹੈਗੀ ਇਹ ਪਰਪਲ ਸਲਵਾਰ ਇਹ ਸਿੰਪਲ ਪਸ਼ਮੀਨੇ ਵਾਲੀ ਹੋਈ ਹੈ ਇਹਦੇ ਕੋਲੇ ਆਪਣੇ ਕੋਲ ਜੁੜੀ অপਸ਼ਨ ਮੈਨੂੰ ਸਹੀ ਲੱਗੀ ਉਹ ਪਰਪਲ ਸਲਵਾਰ ਹੈ ਤੇ ਦੂਜੀ ਇਹ ਲਾਈਟ ਸ਼ੇਡ ਦੀ ਇਹ ਜਿਹੜੀ ਪੀਚ ਸਲਵਾਰ ਲੱਗ ਜੂ ਇਹ ਪੀਚ ਸਲਵਾਰ ਫਿਲਹਾਲ ਮੇਰੇ ਕੋਲੇ ਜਿਹੜਾ ਸਟਾਕ ਹੈ ਖਤਮ ਹੈਗਾ ਇਹ ਮੈਂ ਮੰਗਵਾ ਦੂੰਗੀ ਤੁਸੀਂ ਦੇਖ ਲਿਓ ਤੁਹਾਨੂੰ ਪੀਚ ਨਾਲ ਸੋਹਣਾ ਲੱਗੂਗਾ ਜਾਂ ਇਹਦੇ ਨਾਲ ਮੈਂ ਪੀਚ ਤੁਹਾਨੂੰ ਅਨੀਆਂ ਪੀਚ ਜਾ ਧਰ ਕੇ ਦਿਖਾ ਦੇਣੀ ਆ ਤੁਸੀਂ ਦੇਖ ਲਿਓ ਵੀ ਪੀਚ ਤੁਸੀਂ ਲੈਣਾ ਜਾਂ ਇਹਦੇ ਨਾਲ ਪਰਪਲ ਸਲਵਾਰ ਨਾਲ ਲੈਣਾ ਠੀਕ ਹੈ ਕਾਫੀ ਜ਼ਿਆਦਾ ਸੋਹਣਾ ਲੱਗਦਾ ਆ ਅਗਰ ਤੁਸੀਂ ਬਿਲਕੁਲ ਲਾਈਟ ਪਾਉਣਾ ਚਾਹੁੰਦੇ ਹੋ ਤਾਂ ਮਾਊਸ ਸਲਵਾਰ ਨਾਲ ਕਰ ਦਾਂਗੇ ਜਿਵੇਂ ਇਹਦੇ ਵਿੱਚ ਮਾਊਸ ਆ ਮੈਂ ਧਰ ਕੇ ਦਿਖਾ ਦੇਣੀ ਆ ਤੁਹਾਨੂੰ ਠੀਕ ਹੈ ਕਾਫੀ ਜ਼ਿਆਦਾ ਸੋਹਣਾ ਲੱਗੂਗਾ ਜੀ ਇਹ ਵਾਲਾ ਪੀਛੇ ਦੇ ਨਾਲੇ ਬਸ ਲਾਈਟ ਬਣ ਜੂ ਇਹ ਵਾਲੇ ਪੀਛੇ ਦੇ ਨਾਲ ਤੇ ਇਹ ਜਿਹੜਾ ਇਹਦੇ ਨਾਲ ਹੈਗਾ ਇਹ ਆਪਣਾ ਪਰਪਲ ਨਾਲ ਥੋੜੇ ਡਾਰਕ ਬਣਦਾ ਹੈਗਾ ਇਹ ਵਾਲਾ ਪਰਪਲ ਫੁੱਲ ਹੈ ਦੇ ਵਿੱਚ ਠੀਕ ਹੈ ਪਰਪਲ ਤੇ ਪਿੰਕ ਜਿਹਾ ਫੁੱਲ ਨੇ ਤੇ ਇਹਦੇ ਨਾਲ ਆਪਾਂ ਇਹ ਵਾਲੀ ਸਲਵਾਰ ਲਾਵਾਂਗੇ ਜੀ ਠੀਕ ਹੈ ਇਹ ਫੁੱਲ ਹੈ ਜਿਹੜਾ ਇਹਦੇ ਨਾਲ ਮਿਲਦੀ ਹੈਗੀ ਤੇ ਇਸ ਤੋਂ ਵੀ ਜ਼ਿਆਦਾ ਜੇ ਹੋਰ ਆਪਾਂ ਨੂੰ ਇਸ ਤੋਂ ਵੀ ਨੇੜੇ ਦੇ ਰੰਗ ਹੋਰ ਵੀ ਇੱਥੋਂ ਇਹਨਾਂ ਦੇ ਵਿੱਚੋਂ ਕੋਈ ਵੀ ਮਿਲਦਾ ਜੁਲਦਾ ਹੋਇਆ ਉਹ ਮਿਲਾ ਦਾਂਗੇ ਤੁਹਾਨੂੰ ਅਗਰ ਤੁਸੀਂ ਇਹਦਾ ਲਾਈਟ ਸ਼ੇਡ ਲੈਣਾ ਚਾਹੋਗੇ ਹਨਾ ਜਿਵੇਂ ਇਹਦੇ ਵਿੱਚ ਪੀਚ ਜੈਗਾ ਇਹ ਬਾਲਾ ਮੈਂ ਤੁਹਾਨੂੰ ਕੰਨੀ ਤੋਂ ਦਿਖਾ ਦਾਂ ਇਹ ਵਾਲਾ ਅਗਰ ਤੁਸੀਂ ਪੀਚ ਜਾਂ ਸ਼ੇਡ ਲੈਣਾ ਚਾਹੋਗੇ ਵੀ ਤੁਸੀਂ ਲਾਈਟ ਰੱਖਣਾ ਤਾਂ ਇਹ ਵਾਲਾ ਪੀਚ ਸ਼ੇਡ ਹੋ ਜੂ ਤੁਹਾਨੂੰ ਇਹਦੇ ਵਿੱਚ ਦੋ ਕਲਰ ਜ਼ਿਆਦਾ ਚਮਕ ਕੇ ਆ ਰਹੇ ਨੇ ਦੋ ਤਿੰਨ ਇੱਕ ਤਾਂ ਹੈਗਾ ਜੀ ਪੀਚ ਸ਼ੇਡ ਚਮਕ ਰਿਹਾ ਇਹਦੇ ਵਿੱਚ ਇੱਕ ਇਹ ਵਾਲਾ ਪਰਪਲ ਜਾਮਨੀ ਜਾਂ ਸ਼ੇਡ ਚਮਕ ਰਿਹਾ ਤੀਜਾ ਇਹਦੇ ਵਿੱਚ ਬਿਲਕੁਲ ਲਾਈਟ ਮਾਊਸ ਸ਼ੇਡ ਚਮਕ ਰਿਹਾ ਇਹਦੇ ਵਿੱਚ ਆਪਣੇ ਕੋਲ ਤਿੰਨ ਆਪਸ਼ਨ ਨੇ ਤਿੰਨ ਆਪਸ਼ਨਾਂ ਦੇ ਵਿੱਚੋਂ ਜੋ ਤੁਹਾਨੂੰ ਪਸੰਦ ਲੱਗੂ ਪਹਿਲੀ ਇਹ ਜਾਮਨੀ ਟਾਈਪ ਜ ਆ ਜੂਗਾ ਠੀਕ ਹੈ ਇਸ ਤੋਂ ਵੀ ਨਾਲ ਮਿਲਦਾ ਜੁਲਦਾ ਕਲਰ ਆਪਾਂ ਲਾ ਦਾਂਗੇ ਕੋਈ ਗੱਲ ਨਹੀਂ ਦੂਜੇ ਦੇ ਵਿੱਚ ਆ ਗਿਆ ਜੀ ਪੀਚ ਤੀਜੇ ਦੇ ਵਿੱਚ ਆ ਗਿਆ ਜੀ ਮਾਊਸ ਸ਼ੇਡ ਠੀਕ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਉਹ ਛੇੜ ਆਪਾਂ ਲਾ ਕੇ ਇਹਦੇ ਨਾਲ ਤੁਹਾਨੂੰ ਸਲਵਾਰ ਬਣਾ ਕੇ ਦੇ ਦਾਂਗੇ ਸਲਵਾਰ 2.5 ਮੀਟਰ ਦੀ ਲੱਗੂਗੀ ਤੁਸੀਂ ਲਾਈਟ ਬਣਾਉਣਾ ਡਾਰਕ ਬਣਾਉਣਾ ਦੇਖ ਲਿਓ ਜਿਹੜਾ ਰੰਗ ਤੁਹਾਨੂੰ ਪਸੰਦ ਆ ਤੇ ਵੀਡੀਓ ਨੂੰ ਬੈਕ ਕਰਕੇ ਦੇਖ ਲਿਆ ਕਰੋ ਜੇ ਤੁਸੀਂ ਭੁੱਲ ਜਾਨੇ ਉਹ ਪਿਛਲਾ ਰੰਗ ਕੀ ਸੀ ਵੀਡੀਓ ਨੂੰ ਬੈਕ ਕਰਕੇ ਦੇਖ ਲਿਆ ਕਰੋ ਜਿਹੜਾ ਰੰਗ ਸੋਹਣਾ ਲੱਗਦਾ ਉਹਦਾ ਸਕਰੀਨ ਸ਼ਾਟ ਮੈਨੂੰ ਭੇਜ ਕੇ ਤੁਸੀਂ ਆਪਣੇ ਲਈ ਸੂਟ ਤਿਆਰ ਕਰਵਾ ਸਕਦੇ ਹੋ ਠੀਕ ਹੈ ਚਲੋ ਠੀਕ ਹੈ ਜੀ ਆਪਾਂ ਅੱਜ ਵਾਲੀ ਵੀਡੀਓ ਤਾਂ ਇੱਥੇ ਕਰਦੇ ਆ ਕੱਲ ਨੂੰ ਨਵੇਂ ਸੂਟਾਂ ਤੇ ਰੰਗਾਂ ਦੇ ਨਾਲ ਮਿਲਦੇ ਆ ਤੇ ਵਾਹਿਗੁਰੂ ਜੀ ਅਗੇ ਅਰ ਵੀਰ ਪ੍ਰਮਾਤਮਾ ਤੁਹਾਡੀ ਲਾਈਫ ਵਿੱਚ ਖੁਸ਼ੀਆਂ ਦੇ ਰੰਗ ਭਰ ਕੇ ਰੱਖੇ ਤੁਸੀਂ ਸੋਹਣੇ ਸੋਹਣੇ ਰੰਗ ਪਾਉਂਦੇ ਰਹੋ ਹੰਡਾਉਂਦੇ ਰਹੋ ਠੀਕ ਹੈ ਜੀ ਫਿਰ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ